ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂਵਾਲਾ ਨੇ ਅੱਜ ਸਰਕਾਰੀ ਰਿਪੂਦਮਨ ਕਾਲਜ ਦੇ ਖੇਡ ਸਟੇਡੀਅਮ ਦੇ ਨਵੀਨੀਕਰਨ ਕਰਨ ਲਈ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦੇ ਨਾਲ ਹੋਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹਰਤੇਜ ਕੌਰ ਬਲ ਅਤੇ ਸਮੁੱਚਾ ਸਟਾਫ ਹਾਜ਼ਰ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਹਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿੱਥੇ ਨਵੇਂ ਖੇਡ ਮੈਦਾਨ ਬਣਾਏ ਜਾ ਰਹੇ ਹਨ ਉੱਥੇ ਹੀ ਪੁਰਾਣੇ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਿਪੂਦਮਨ ਕਾਲਜ ਗਰਾਊਂਡ ਦੇ ਲਈ 2 ਕਰੋੜ ਰੁਪਏ ਦੇ ਹੋਰ ਫੰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਇਸ ਸਟੇਡੀਅਮ ਦੇ ਵਿੱਚ ਖਿਡਾਰੀਆਂ ਦੇ ਲਈ ਹੋਰ ਵੀ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਦੇ ਨਾਲ ਜੋੜਨ ਲਈ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿਹੜੇ ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਅਤੇ ਪੁਰਾਣੇ ਜਿਹੜੇ ਖੇਡ ਗਰਾਊਂਡ ਨੇ ਉਹਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ। ਇਸੇ ਲੜੀ ਦੇ ਤਹਿਤ ਅੱਜ ਅਸੀਂ ਨਾਭਾ ਦੇ ਵਿੱਚ ਸਾਡੇ ਰਿਪੂਦਮਨ ਕਾਲਜ ਦਾ ਜਿਹੜਾ ਖੇਡ ਸਟੇਡੀਅਮ ਆ ਉਹਦਾ ਨੀਂਹ ਪੱਥਰ ਰੱਖਿਆ। 20 ਲੱਖ ਰੁਪਈਆ ਮੈਂ ਆਪਣੇ ਅਖਤਿਆਰੀ ਕੋਟੀ ਦੇ ਵਿੱਚੋਂ ਦਿੱਤਾ ਅਤੇ ਅੱਜ ਉਹਦਾ ਨਵੀਨੀਕਰਨ ਆ ਜਿਹੜਾ ਹੋਣਾ ਉਹਦਾ ਨੀਂਹ ਪੱਥਰ ਰੱਖਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾਭੇ ਦਾ ਸਟੇਡੀਅਮ ਆ ਬੜਾ ਵਧੀਆ ਬਣ ਜਾਣਾ ਅਤੇ ਉਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਹਰਜੋਤ ਸਿੰਘ ਵੈਦ ਜਿਹੜੇ ਸਾਡੇ ਆਪਣੇ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ 1 ਕਰੋੜ 75 ਲੱਖ ਦੇ ਕਰੀਬ ਜਿਹੜੇ ਹੋਰ ਫੰਡ ਭੇਜੇ ਜਾ ਰਹੇ ਨੇ ਅਤੇ ਉਹਦੇ ਨਾਲ ਜਿਹੜਾ ਸਾਡਾ ਖੇਡ ਸਟੇਡੀਅਮ ਆ ਉਹਦੇ ਵਿੱਚ ਭਰਤ ਵੀ ਪਵੇਗਾ ਅਤੇ ਨਾਲ ਹੀ ਮਿੰਨੀ ਜਿਹੜਾ ਖੇਡ ਗਰਾਊਂਡ ਆ ਉਹਦੇ ਵਿੱਚ ਵੀ ਜਿਹੜਾ ਕੰਮ ਹੋਵੇਗਾ ਅਤੇ ਕਾਲਜ ਦੇ ਵੀ ਵਿੱਚ ਹੋਰ ਬਹੁਤ ਸਾਰੇ ਕੰਮ ਹੋ ਰਹੇ ਨੇ ਅਤੇ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਵੱਧ ਚੜ੍ਹ ਕੇ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਤਾਂ ਜੋ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਜਿਹੜਾ ਨਾਮ ਰੋਸ਼ਨ ਕਰ ਸਕਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਾਭਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਅਤੇ ਇਸ ਗਰਾਊਂਡ ਨੂੰ ਵਧੀਆ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ, ਤੁਸੀਂ ਸਾਡਾ ਸਾਥ ਜ਼ਰੂਰ ਦਿਓ। ਪ੍ਰਿੰਸੀਪਲ ਹਰਤੇਜ ਕੌਰ ਬਲ ਨੇ ਗ੍ਰਾਂਟ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਚੇਅਰਮੈਨ ਜੱਸੀ ਸੋਹੀਆਂਵਾਲਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਵਾਦ ਗਰੁੱਪ ਦੇ ਸੰਸਥਾਪਕ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੇ ਸੰਗਠਨ ਦੇ ਮੋਢੀ ਰਾਜੇਸ਼ ਢੀਂਗਰਾ, ਗੁਰਦਾਸ ਸਿੰਘ, PWD ਦੇ JA ਮਨਦੀਪ ਸਿੰਘ, ਰਾਜੀਵ ਮੁਖੀ, ਸਪੋਰਟਸ ਵਿੰਗ ਦੇ ਇੰਚਾਰਜ ਪਰਮਜੀਤ ਸਿੰਘ, ਪ੍ਰੋਫੈਸਰ ਸੁਕਾਂਤ ਮਿੱਤਲ, ਪ੍ਰੋਫੈਸਰ ਦੀਪਕ ਕੌਂਸਲ ਸਮੇਤ ਸਮੂਹ ਪ੍ਰੋਫੈਸਰ ਸਹਿਬਾਨ ਮੌਜੂਦ ਸਨ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜੱਸੀ ਜੀ ਦਾ ਅਤੇ ਨਾਲੇ ਪੰਜਾਬ ਸਰਕਾਰ ਦੇ ਜਿਨ੍ਹਾਂ ਤੋਂ ਸਾਨੂੰ ਇਹ ਫੰਡਸ ਮਿਲੇ ਨੇ। ਜੱਸੀ ਜੀ ਨੇ ਆਪ ਅੱਗੇ ਹੋ ਕੇ ਸਾਡੇ ਵਾਸਤੇ ਆਪਣੇ ਅਖਤਿਆਰੀ ਕੋਟੇ 'ਚੋਂ ਜਿਹੜਾ 20 ਲੱਖ ਰੁਪਇਆ ਦਿੱਤਾ ਉਹਦੇ ਨਾਲ ਸ਼ੁਰੂਆਤ ਹੋਈ ਹੈ। ਇਸ ਕਾਲਜ ਦੇ ਗਰਾਊਂਡ ਨੂੰ ਬਹੁਤ ਲੋੜ ਸੀ ਨਵੀਨੀਕਰਨ ਦੀ ਔਰ ਇਸ ਨਾਲ ਇੱਕ ਸ਼ੁਰੂਆਤ ਹੋਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਗਰਾਊਂਡ ਹੈ ਉਹ ਸਟੂਡੈਂਟਸ ਵਾਸਤੇ ਅਤੇ ਸ਼ਹਿਰ ਦੇ ਲੋਕਾਂ ਵਾਸਤੇ ਅੱਗੇ ਬਹੁਤ ਹੀ ਲਾਹੇਵੰਦ ਹੋਊਗਾ ਨਵੀਨੀਕਰਨ ਤੋਂ ਬਾਅਦ। ਮੈਂ OSA ਨਾਭਾ ਵੱਲੋਂ ਜਸਵੀਰ ਸਿੰਘ ਜੱਸੀ ਜੀ ਦਾ, ਜ਼ਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਦੇ ਉਪਰਾਲੇ ਸਦਕਾ ਕਾਲਜ ਨੂੰ 20 ਲੱਖ ਰੁਪਇਆ ਹਾਸਲ ਹੋਇਆ। ਕਾਫੀ ਲੰਬੇ ਚਿਰ ਤੋਂ ਇਹ ਡਿਮਾਂਡ ਸੀ ਕਿ ਇਸ ਨੂੰ ਇਹਦਾ ਆਧੁਨਿਕੀਕਰਨ ਕੀਤਾ ਜਾਵੇ ਕਿਉਂਕਿ ਪੂਰਾ ਸ਼ਹਿਰ ਇੱਥੇ ਘੁੰਮਣ ਆਉਂਦਾ ਹੈ ਅਤੇ ਜਿਹੜੇ ਬੱਚੇ ਨੇ ਉਹ ਵੀ ਇੱਥੇ ਤਿਆਰੀ ਕਰਦੇ ਨੇ ਅੱਡ ਅੱਡ ਗੇਮਾਂ ਦੇ ਲਈ।
ਸੋ ਬਹੁਤ ਚੰਗਾ ਉਪਰਾਲਾ ਹੈ ਅਤੇ ਉਮੀਦ ਹੈ ਕਿ ਬਾਕੀ ਦੀ ਜਿਹੜੀ ਰਕਮ ਜਿਹੜੀ ਉਹਨਾਂ ਨੇ ਕਿਹਾ ਕਿ ਇਹਦੇ ਨਵੀਨੀਕਰਨ ਲਈ ਦਿੱਤੀ ਜਾਣੀ ਹੈ ਉਹ ਜਲਦੀ ਆਵੇਗੀ ਤਾਂ ਕਿ ਇਹਨੂੰ ਅੰਤਰਰਾਸ਼ਟਰੀ ਪੱਧਰ ਦਾ ਗਰਾਊਂਡ ਬਣਾਇਆ ਜਾ ਸਕੇ। ਮਿਹਰਬਾਨੀ ਜੀ। ਮੈਂ ਸੁਖਵਿੰਦਰ ਸਿੰਘ ਕੋਚ ਨਾਭੇ ਤੋਂ। ਅੱਜ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿ ਅੱਜ ਜਿਹੜੇ ਜਿਵੇਂ ਬਾਕੀ ਸਰਕਾਰਾਂ ਨੇ ਬਹੁਤ ਵਾਅਦੇ ਕੀਤੇ ਆ ਕਿ ਗਰਾਊਂਡ ਉੱਚਾ ਕਰਾਂਗੇ, ਕਿਉਂਕਿ ਪਾਣੀ ਵੇਲੇ ਬਹੁਤ ਹੀ ਸਾਨੂੰ ਦਿੱਕਤ ਆਉਂਦੀ ਸੀ। ਇਹ ਨਾਭੇ ਦਾ ਇੱਕੋ ਇੱਕ ਗਰਾਊਂਡ ਆ ਜੋ ਬਰਸਾਤ ਟਾਈਮ ਇੰਨਾ ਕੁ ਭਰ ਜਾਂਦਾ ਕਿ ਐਂ ਲੱਗਦਾ ਜਿਵੇਂ ਟੋਭਾ ਆ। ਅਤੇ ਅਸੀਂ ਕਾਫੀ ਸਰਕਾਰਾਂ ਨੂੰ ਕਾਫੀਆਂ ਨੂੰ ਕਿਹਾ ਕਿ ਜਿਹੜੇ ਵੀ MLA ਆਏ ਜਾਂ ਹੋਰਾਂ ਨੂੰ ਵੀ ਬਹੁਤ ਜਣਿਆਂ ਨੂੰ ਬੇਨਤੀਆਂ ਕੀਤੀਆਂ, ਪਰ ਕਦੇ ਵੀ ਸਾਡੇ ਗਰਾਊਂਡ ਦਾ ਕੋਈ ਹੱਲ ਨਹੀਂ ਹੋਇਆ। ਪਹਿਲੀ ਵਾਰੀ ਜੱਸੀ ਸੋਹੀਆਂ ਹੋਣਿਆਂ ਨੇ ਸਾਡੇ ਆ ਕੇ ਗਰਾਊਂਡ ਦੇ ਵਿੱਚ ਹੱਲ ਕੀਤਾ ਆ। ਇਹਨਾਂ ਨੇ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ।